ਜੀ ਬਹੁਤ ਖੁਸ਼ ਹਾਂ ਵੀ ਪਹਿਲੀ ਗੱਲ ਤਾਂ ਮੇਰਾ ਵੀ ਪਹਿਲਾ ਸਥਾਨ ਆਇਆ ਇਸ ਕੰਪੀਟੀਸ਼ਨ ਦੇ ਵਿੱਚ। ਬਾਕੀ ਗੱਲ ਇਹ ਹੈ ਜੀ ਇਸ ਦਸਤਾਰ ਮੁਕਾਬਲੇ ਦੇ ਨਾਲ ਕਾਫੀ ਜਿਹੜੇ ਬੱਚੇ ਹੈਗੇ ਆ ਉਹ ਸਿੱਖੀ ਨਾਲ ਜੁੜਦੇ ਆ, ਇਸੇ ਬਹਾਨੇ ਵੀ ਬੱਚਿਆਂ ਨੂੰ ਇੱਕ ਤਾਂ ਕੰਪੀਟੀਸ਼ਨ ਦੀ ਭਾਵਨਾ ਜਾਗਦੀ ਆ ਬੱਚਿਆਂ 'ਚ, ਅਤੇ ਦੂਜੀ ਗੱਲ ਇਹ ਹੈ ਜੀ ਬੱਚੇ ਵੀ ਸਿੱਖ ਧਰਮ ਤੋਂ ਜਾਗਰੂਕ ਹੁੰਦੇ ਨੇ। ਜਿਹੜੇ ਹਿਸਾਬ ਦੇ ਇੱਥੇ ਪ੍ਰਸ਼ਨ ਉੱਤਰ ਪੁੱਛੇ ਗਏ ਜੀ ਉਸ ਹਿਸਾਬ ਨਾਲ ਬੱਚਿਆਂ ਨੂੰ ਗੁਰਸਿੱਖੀ ਦੇ ਇਤਿਹਾਸ ਬਾਰੇ ਨੌਲੇਜ ਹੁੰਦੀ ਆ ਵੱਧ ਤੋਂ ਵੱਧ ਬੱਚੇ ਵੀ, ਯਾਨੀ ਇਸੇ ਬਹਾਨੇ ਹੀ ਚਲੋ ਜ਼ਿਆਦਾ ਨਹੀਂ ਵੀ ਜੇ ਬੱਚੇ ਸਟੱਡੀ ਦੇ ਵਿੱਚ ਇੰਟਰਸਟ ਨਹੀਂ ਲੈਂਦੇ ਤਾਂ ਕਿਸੇ ਬਹਾਨੇ ਉਹਨਾਂ ਨੂੰ ਨੌਲੇਜ ਮਿਲਦੀ ਆ ਵੀ ਗੁਰਸਿੱਖਾਂ ਬਾਰੇ ਵੀ ਗੁਰੂਆਂ ਨੇ ਕੀਤਾ ਕੀ ਹੈ, ਗੁਰੂਆਂ ਦੀ ਜਿਹੜੀ ਮੇਨ ਕਹਾਣੀ ਹੈ ਉਹ ਹੈ ਕੀ ਹੈ, ਵੀ ਗੁਰੂ ਆਪਾਂ ਕਿਉਂ ਦਸਤਾਰਾਂ ਸਜਾਉਂਦੇ ਹਾਂ, ਕਿਉਂ ਆਪਾਂ ਕੇਸ ਰੱਖੇ ਨੇ, ਕੀ ਕਰਨਾ, ਇਹਨਾਂ ਇਸ ਤੋਂ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਜੀ ਇਸ ਸਭ। ਸਾਡੀ ਇਹੀ ਕੋਸ਼ਿਸ਼ ਹੈ ਕਿ ਬੱਚੇ ਜਿਹੜੇ ਗੁਰ ਇਤਿਹਾਸ ਦੇ ਨਾਲ, ਸਿੱਖ ਇਤਿਹਾਸ ਦੇ ਨਾਲ ਜੁੜਨ, ਆਪਣੀ ਬੋਲੀ ਦੇ ਨਾਲ ਜੁੜਨ। ਨਾਲ ਨਾਲ ਅਸੀਂ ਗੇਮਾਂ ਵੀ ਕਰਾ ਰਹੇ ਹਾਂ ਤਾਂ ਕਿ ਜਿਹੜੇ ਬੱਚੇ ਨੇ ਨਾਲ ਨਾਲ ਉਹਨਾਂ ਨੂੰ ਗੁਰਮਤਿ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਗੇਮਾਂ ਦੇ ਨਾਲ ਨਾਲ, ਅਤੇ ਨਸ਼ਿਆਂ ਤੋਂ ਦੂਰ ਰਹਿ ਸਕਣ, ਆਪਣੇ ਜਿਹੜੇ ਤੰਦਰੁਸਤ ਸਰੀਰ ਨੇ ਉਹ ਆਪਣੇ ਬਣਾ ਸਕਣ, ਕਿਉਂਕਿ ਪੰਜਾਬ ਦਾ ਜਿਹੜਾ ਨਾਂ ਇਹ ਪਹਿਲਾਂ ਸੀਗਾ ਤੰਦਰੁਸਤੀ ਦਾ, ਦੂਜਾ ਨਾਂ ਪੰਜਾਬ ਸੀਗਾ, ਕਿ ਜਿਹੜਾ ਪੰਜਾਬ ਤੋਂ ਹੋਊਗਾ ਉਹ ਵਾਕਈ ਤੰਦਰੁਸਤ ਸਿਹਤਮੰਦ ਨੌਜਵਾਨ ਹੋਣਗੇ। ਪਰ ਅੱਜ ਨਸ਼ਿਆਂ ਨੇ ਜਿਹੜੀ ਇੰਨੀ ਸਾਡੀ ਮੱਤ ਮਾਰਤੀ ਹੈ, ਨੌਜਵਾਨੀ ਕੁਰਾਹੇ ਪੈ ਗਈ ਹੈ, ਸਾਡਾ ਇਹੀ ਮਕਸਦ ਹੈ ਤਾਂ ਕਿ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਉਹ ਚੜ੍ਹਦੀ ਕਲਾ ਵਿੱਚ ਜਾਵੇ, ਅਤੇ ਜਿਹੜੀ ਗੇਮਾਂ ਕਰਾਉਣ ਦਾ ਨਾਲ ਨਾਲ ਇਹੀ ਜਿਹੜਾ ਸਾਡਾ ਵਿਸ਼ਾ ਪੂਰਾ ਹੁੰਦਾ।